ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਅਲਾਇੰਸ ਨਹੀਂ। ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ, ਕੌਂਸਲਰਾਂ ਦੇ ਉੱਤੇ ਪਰਚੇ। ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ? ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਅਲਾਇੰਸ ਨਹੀਂ। ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ। ਸਾਡਾ 99.999% ਕੇਡਰ ਵਾਜ਼ ਵਿਕਟਮਾਈਜ਼ਡ ਇਹਨਾਂ ਦੇ 2 ਸਾਲਾਂ ਦੇ ਵਿੱਚ। ਸਰਪੰਚਾਂ ਦੇ ਪਰਚੇ, ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ, ਕੌਂਸਲਰਾਂ ਦੇ ਉੱਤੇ ਪਰਚੇ, ਕਮੇਟੀਆਂ ਤੋੜਤੀਆਂ, ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ। ਇੱਥੇ ਸਾਡਾ ਕੋਈ ਉਹਨਾਂ ਦਾ ਕੀ ਅਲਾਇੰਸ ਹੈਗਾ? ਇਹ ਸਾਡਾ ਕੋਈ ਸਰੋਕਾਰ ਨਹੀਂ ਹੈਗਾ। ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਵਾਂ ਕਿ ਜਿਹੜੀ ਵੀ ਵੋਟ ਸਾਨੂੰ ਪਊਗੀ ਉਹ ਜੈਨੂਨਲੀ ਇੰਡੀਆ ਅਲਾਇੰਸ ਵਿੱਚ ਜਾਊਗੀ, ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਲਾ ਜਾਵੇਗੀ। ਇਟ ਇਜ਼ ਆਲ ਡਾਊਟਫੁਲ ਵੋਟ, ਆਈ ਡੋਂਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦ ਡੇ। ਖਹਿਰਾ ਸਾਹਿਬ, ਅਗਰ ਚੋਣ ਜਿੱਤੀਆਂ ਨੇ ਤੁਸੀਂ ਸੰਗਰੂਰ ਚ ਹੀ ਰਹੋਗੇ ਕਿ ਪਿੰਡੀ ਰਹੋਗੇ ਜੀ? ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ? ਮੈਂ ਜੋ ਵੀ ਆਪਣੀ ਕਮਿਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾਂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ, ਆਈ ਵਿਲ ਡਿਸਚਾਰਜ ਮਾਈ ਡਿਊਟੀਜ਼ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁੱਟ ਹੇਅਰ ਅੰਟਿਲ ਐਂਡ ਅਨਲੈਸ, ਜਦ ਤੱਕ ਮੇਰੀ ਲੋਕੀ ਇੱਥੇ ਰਿਸਪੈਕਟ ਮੇਰੀ ਬਾਂਹ ਫੜ ਕੇ ਰੱਖਣ। ਸਿਮ ਸਿੰਘ ਮਾਨ ਨੇ, ਮੀਤ ਹੇਅਰ ਨੇ ਕਿਸ ਨੂੰ ਫਾਈਟ ਸਮਝਦੇ ਦੇਖਦੇ ਤੁਸੀਂ? ਮੈਨੂੰ ਮਾਨ ਸਾਹਿਬ ਦੀ ਤੁਸੀਂ ਰਿਸਪੈਕਟ ਵੀ ਕੀਤੀ ਸੀ ਵੀ ਮੈਂ ਉਹਨਾਂ ਦੇ ਬੇਸ ਨਹੀਂ ਹੋਣਾ। ਮੈਂ ਮੇਰਾ ਮੰਨਣਾ ਹਲੇ ਕਿ ਥੋੜ੍ਹਾ ਜਿਹਾ ਮੈਨੂੰ ਗਰਾਊਂਡ 'ਤੇ ਉੱਤਰ ਲੈਣ ਦਿਓ। ਇੱਕ ਗੱਲ ਜ਼ਰੂਰ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਡਿੱਗਿਆ। ਉਹਨਾਂ ਦੇ ਆਪਣੇ ਵਰਕਰਸ ਹੀ ਬਹੁਤ ਨਾਰਾਜ਼ ਨੇ, ਉਹੀ ਮੈਨੂੰ ਕੰਟੈਕਟ ਕਰ ਰਹੇ ਨੇ, ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ, ਇੱਥੋਂ ਤੱਕ ਕਿ ਉਹਨਾਂ ਦੇ ਬਲੋਕਸ ਦੇ ਪ੍ਰੈਜ਼ੀਡੈਂਟ, ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਹਨ, ਉਹ ਸਾਰੇ ਸਾਡੇ ਨਾਲ ਸੰਪਰਕ 'ਚ ਨੇ। ਤਾਂ ਅਗਰ ਉਹਨਾਂ ਦਾ ਵਰਕਰ ਕੇਡਰ ਹੀ ਹਤਾਸ਼ ਆ, ਨਿਰਾਸ਼ ਆ, ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ ਵਿਚਾਰਿਆਂ ਨੂੰ, ਇਸ ਕਰਕੇ ਮੈਨੂੰ ਲੱਗਦਾ ਕਿ ਮੀਤ ਹੇਅਰ ਦੀ ਪੋਜੀਸ਼ਨ ਕਾਫੀ ਡਾਮਾਡੋਲ ਹੈਗੀ ਆ। ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਜ਼ ਵਨ ਔਨ ਸਪੈਸ਼ਲ ਓਕੇਜ਼ਨਸ। ਪਿਛਲੀ ਵਾਰ ਸਿੱਧੂ ਮੂਸੇਵਾਲੇ ਦਾ ਕਤਲ, ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ। ਜਿਹੜੀ ਉਹਨਾਂ ਦਾ ਆਪਣਾ ਡਾਟਾਬੇਸ ਹੈਗਾ ਵੋਟ ਦਾ, ਜਦੋਂ 7 ਇਲੈਕਸ਼ਨਾਂ ਲੜੇ ਨੇ ਉਹਦੇ 'ਚ ਉਹ 5 ਵਾਰ ਹਾਰੇ ਨੇ, ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40-45-50-60 ਹਜ਼ਾਰ ਰਹਿੰਦੀ ਆ, ਜਦਕਿ ਕਾਂਗਰਸ ਇਜ਼ ਅ ਕੇਡਰ ਬੇਸਡ ਪਾਰਟੀ। ਖਹਿਰਾ ਸਾਹਿਬ, ਉਸ ਕੇਡਰ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ, 2022 ਦਾ ਡਾਟਾ ਸਾਨੂੰ 2,18,000 ਵੋਟ ਪਈ ਆ, 2.5 ਲੱਖ ਨਾਲ ਉਹ ਜਿੱਤੇ ਨੇ। ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੱਤਣੀ ਕੋਈ ਬਹੁਤੀ ਦੂਰ ਨਹੀਂ ਹੈ। ਖਹਿਰਾ ਸਾਹਿਬ, ਹਾਂਜੀ ਹਾਂਜੀ ਹਾਂਜੀ, ਅੱਜ ਤਾਂ ਸਿਰਫ ਸ਼ੁਰੂਆਤ ਆ, ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਸ ਨੂੰ ਮਿਲਣ ਜਾ ਰਿਹਾ ਵਾਂ। ਜਿੱਦਣ ਇਹ ਰਾਊਂਡ ਕੰਪਲੀਟ ਹੋ ਜਾਊਗਾ, ਵਾਢੀ ਕੰਪਲੀਟ ਹੋ ਜਾਊਗੀ, ਫਿਰ ਪਿੰਡਾਂ ਦਾ ਦੌਰਾ ਹੋਊਗਾ। ਖਹਿਰਾ ਸਾਹਿਬ, ਤੁਸੀਂ ਕਿਹਾ ਵੀ ਤੁਸੀਂ ਕਿਹਾ ਭਗਵੰਤ ਮਾਨ ਨੇ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ, ਤਾਂ ਤੁਸੀਂ ਪਲਾਤੋ ਇੱਥੇ ਆਏ ਹੋ, ਉਹ ਵੀ ਕਿਤੇ ਨਾ ਕਿਤੇ ਨਿੱਜੀ ਬਦਲਾਖੋਰੀ ਦੇ ਕਾਰਨ ਆਏ ਹੋ ਜਾਂ ਕਿਤੇ ਨਾ ਕਿਤੇ ਕਿਉਂਕਿ ਲੋਕਲ ਲੀਡਰ ਸਾਡੇ ਗੋਲਡੀ ਸਾਹਿਬ ਵੀ ਨਾਰਾਜ਼ ਹੋਏ ਸੀ ਕੱਲ ਕਿਤੇ ਨਾ ਕਿਤੇ? ਨਹੀਂ, ਮੈਂ ਲੈਟ ਮੀ ਕਲੈਰੀਫਾਈ, ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਜੀ, ਨਾ ਮੈਂ ਕਿਤੇ ਅਪਲਾਈ ਕੀਤਾ, ਨਾ ਮੈਂ ਦਿੱਲੀ ਗਿਆ। ਇਹ ਤਾਂ ਸਰਕਮਸਟਾਂਸਿਸ ਇਹੋ ਜਿਹੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐਂ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਆਣ ਕੇ ਇਲੈਕਸ਼ਨ ਲੜਨੀ, ਮੈਂ ਕਿਸੇ ਚੁਣੌਤੀ ਤੋਂ ਨਹੀਂ ਭੱਜਿਆ। ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ, ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ, ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਾ ਕਚਹਿਰੀਆਂ 'ਚ ਲੜ ਰਿਹਾ ਵਾਂ। ਇਹਨਾਂ ਨੇ ਮੇਰੀ ਜਮਾਨਤ ਡਿਸਮਿਸ ਕਰਾਉਣ ਗਏ ਸੀਗੇ ਸੁਪਰੀਮ ਕੋਰਟ ਆਫ ਇੰਡੀਆ 'ਚ, ਵਗਾ ਕੇ ਮਾਰੀ ਅਗਲਿਆਂ ਨੇ। ਔਰ ਥੋੜ੍ਹੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ, ਜਦ ਤੱਕ ਸੁਪਰੀਮ ਕੋਰਟ ਹੇਅਰਿੰਗ ਚੱਲ ਰਹੀ ਆ, ਦੀ ਟ੍ਰਾਇਲ ਇਨ ਫਾਜ਼ਿਲਕਾ ਕੋਰਟ ਹੈਜ਼ ਬੀਨ ਸਟੇਡ, ਦੇਅਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਉਹਨਾਂ ਨਾਲ, ਮਾਫ਼ ਕਰਨਾ, ਉਹ ਤਾਂ ਮੈਂ ਬਾਅਦ 'ਚ ਜਦੋਂ ਸਮਾਂ ਆਵੇਗਾ ਇਸ ਗੱਲ ਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ, ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਅਤੇ MLA 3 ਵਾਲੀ ਨਾਲ ਇਹ NDPS ਦਾ ਝੂਠਾ ਮੁਕੱਦਮਾ ਦਰਜ ਕਰ ਸਕਦੇ, ਪੁਲਿਸ ਵਾਲੇ ਅਤੇ ਗਵਰਨਮੈਂਟ ਮਿਲ ਕੇ ਇਹ ਕੱਲ੍ਹ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ, ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ, ਅਦਾਲਤ ਅਨੁਸਾਰ,
ਲੋਜੀਕਲ ਕੰਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਵਾਂ, ਬਟ ਨੋਟ ਇਨ ਦਿਸ ਇਲੈਕਸ਼ਨ। ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ, ਬੀਜੇਪੀ ਐਂਡ ਆਲਸੋ ਅਗੇਂਸਟ ਦੀ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ। ਕਹਿ ਰਹੇ ਹੋ ਕਿ ਕਾਂਗਰਸ ਦਾ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ, ਫਿਰ ਪਾਰਟੀ ਨੂੰ ਵੱਡਾ ਚਿਹਰਾ ਉਤਾਰਨ ਦੀ ਤੇ ਕੀ ਲੋੜ ਪੈ ਗਈ ਕਿ ਸੰਗਰੂਰ ਦੇ ਕਿਸੇ ਲੀਡਰ ਦੇ ਉੱਤੇ ਪਾਰਟੀ ਨੂੰ ਯਕੀਨ ਨਹੀਂ ਸੀ ਕਿ ਸੀਟ ਕੱਢ ਸਕਦੇ ਨੇ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੋਰ ਕਿਸੇ ਪਾਰਟੀ ਦਾ ਕੋਈ ਵੱਡਾ ਚਿਹਰਾ ਬਹੁਤਾ ਨਹੀਂ ਕਹਿ ਸਕਦੇ। 2 ਸਾਲ ਵੀ ਇਹਨਾਂ ਨੇ ਕਾਫੀ ਚਿਰ ਤੋਂ ਮਿਹਨਤ ਕਰਦੇ ਆ ਰਹੇ ਨੇ, ਕਾਂਗਰਸ ਪਾਰਟੀ ਹਾਈ ਹਾਈ ਕਮਾਂਡ ਕਿਤਨੇ ਅੰਦੇਖਾ ਦਾ ਕਰਦੇ ਮੰਨਦੇ। ਪਹਿਲਾਂ ਮੇਰੀ ਸੁਣੋ, ਇਹ ਤਾਂ 1 ਮਿੰਟ ਬੋਲੀ, ਇਹ ਟਿਕਟ ਮੈਂ ਤਾਂ ਨਹੀਂ ਦਿੱਤੀ, ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ। ਦੇਰ ਇਜ਼ ਏ ਰਿਕਮੈਂਡੇਸ਼ਨ ਫਰੋਮ ਬਿਲੋ, ਦੈਨ ਦੇਰ ਇਜ਼ ਅ ਸਕਰੀਨਿੰਗ ਕਮੇਟੀ, ਦੈਨ ਦੇਰ ਇਜ਼ ਅ ਸੈਂਟਰਲ ਇਲੈਕਸ਼ਨ ਕਮੇਟੀ। ਪਾਰਟੀ ਨੇ ਉਹ ਕੁਛ ਜਿਹੜੀ ਟਿਕਟ ਦਿੱਤੀ ਆ ਮੈਨੂੰ, ਉਹ ਮੈਂ ਆਪਣੇ ਉਹਨਾਂ ਦੇ ਆਦੇਸ਼ ਦੇ ਨਾਲ ਆਇਆ। ਇਹ ਟਿਕਟ ਮੰਗਣਾ ਸਭ ਦਾ ਅਧਿਕਾਰ ਆ, ਗੋਲਡੀ ਦਲਬੀਰ ਦਾ, ਵਿਜਿੰਦਰ ਸਿੰਗਲਾ ਜੀ ਦਾ, ਕਾਲੇ ਢਿੱਲੋਂ ਦਾ, ਅਗਰ ਕੋਈ ਹੋਰ ਵੀ ਮੰਗਦਾ ਮੈਂ ਉਹਦੀ ਸਪੋਰਟ ਕਰਦਾ ਵਾਂ। ਬਟ ਵੰਸ ਦਾ ਪਾਰਟੀ ਹੈਜ਼ ਡਿਸਾਈਡਿਡ, ਔਰ ਗੋਲਡੀ ਤੁਹਾਡੇ ਸਾਹਮਣੇ ਬੈਠੇ ਨੇ, ਜਦ ਉਹ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਜਿਹੜੀ ਸਾਡੀ ਭੈਣ ਹੈ ਹਰ ਸਿਮਰਤ ਘੰਗੂੜਾ, ਤੇ ਫਿਰ ਤਾਂ ਕੋਈ ਇਸ਼ੂ ਬਾਕੀ ਰਹਿ ਨਹੀਂ ਜਾਂਦਾ। 2022 ਦੇ ਵਿੱਚ ਜ਼ਮੀਨੀ ਚੋਣ ਦੇ ਵਿੱਚ ਗੋਲਡੀ ਨੂੰ ਉਤਾਰਿਆ ਗਿਆ ਸੀ, ਪਰ ਹੁਣ ਕਿਉਂ ਨਹੀਂ ਉਤਾਰਿਆ ਗਿਆ? ਆਪਾਂ ਮੇਰੇ ਵਾਲਾ ਟੌਪਿਕ ਖਤਮ ਹੋ ਗਿਆ, ਆਪਾਂ ਨਵੀਂ ਕੋਈ ਹੋਰ ਪ੍ਰਸ਼ਨ ਕਰਦੇ ਹਾਂ। ਇਹਨਾਂ ਦਾ ਸਵਾਲ ਮੇਰਾ ਫੋਨ ਲਿਆਇਓ, ਮੈਂ ਵਿਜੇਂਦਰ ਸਿੰਗਲਾ, ਵਿਜੇਂਦਰ ਸਿੰਗਲਾ ਨੂੰ ਪਟਿਆਲੇ ਮਿਲ ਕੇ ਆਇਆ ਵਾਂ। ਤੁਸੀਂ ਕੱਲ੍ਹ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ, ਇੱਕ ਇਸੇ ਤਰ੍ਹਾਂ ਵਰਕਰਸ ਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਆ, ਪਰਸੋਂ ਬਰਨਾਲੇ ਆ, ਚੌਥੇ ਲੈ ਰਹੇ ਆ, ਉਸ ਤੋਂ ਅਗਲੇ ਦਿਨ ਸੁਨਾਮ ਆ, ਉਸ ਤੋਂ ਅੱਗੇ ਚੱਲਾਂਗੇ ਹੋਰ ਸਾਰੇ। ਮੇਰੇ ਨਾਲ ਇੱਕ ਵੱਡੇ ਲੀਡਰ ਦਾ ਨਾਮ ਲਿਆ ਸੀ, ਕੋਈ ਨਾਮ ਨਹੀਂ ਲਿਆ ਜੀ ਇਹਨਾਂ ਨੇ, ਦਲਬੀਰ ਗੋਲਡੀ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਕਿ ਨਹੀਂ ਬਣਾਇਆ ਹੈਗਾ, ਔਰ ਗਾਂ ਨਹੀਂ ਬਣਾਉਣਾ ਤੁਸੀਂ? ਨਹੀਂ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਗੋਲਡੀ ਇਜ਼ ਗੋਇੰਗ ਟੂ ਗੈਟ ਇਟਸ ਡਿਊ। ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਜਿੱਦਣ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਹੀ ਇਜ਼ ਗੋਇੰਗ ਟੂ ਹੋਲਡ ਅ ਵੈਰੀ ਇੰਪੋਰਟੈਂਟ। ਮੇਰੀ ਤੁਹਾਨੂੰ ਬੇਨਤੀ, ਪਲੀਜ਼ ਡੋਨਟ ਆਸਕ ਨੈਗੇਟਿਵ ਕੁਐਸਚਨ। ਕਈ ਗੱਲਾਂ ਨਾ ਮੇਰੇ ਅਧਿਕਾਰ ਖੇਤਰ 'ਚ, ਜਿਹੜਾ ਉਹ ਪਹਿਲਾਂ ਚੋਣ ਜਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ। ਸਾਡਾ ਜਹਾਜ਼ ਕਦੀ ਚੇਨਈ, ਕਦੀ ਬੈਂਗਲੌਰ, ਕਦੀ ਤੁਹਾਡੇ ਝਾਰਖੰਡ ਅਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ, ਜਿਹਦਾ ਕੋਈ ਮਕਸਦ ਨਹੀਂ ਸੀਗਾ, ਸਿਰਫ ਕੇਜਰੀਵਾਲ ਨੂੰ ਫੈਸਿਲੀਟੇਟ ਕਰਨ ਵਾਸਤੇ, ਉਹਦੀ ਪੋਲੀਟਿਕਸ ਨੂੰ ਪ੍ਰਮੋਟ ਕਰਨ ਵਾਸਤੇ। ਹੀ ਵਾਜ਼ ਫਲਾਇੰਗ ਦਾ ਏਅਰਕ੍ਰਾਫਟ ਆਫ ਪੰਜਾਬ, ਜਿਹੜਾ ਕਿ ਗਲਤ ਸੀਗਾ, ਔਰ ਅੱਜ ਵੀ ਜਿਹੜਾ ਹੁਣ ਰੋਏ ਨੇ ਇੱਕ ਮਿੰਟ ਵਾਸਤੇ, ਉਹਨਾਂ ਨੂੰ ਉਦਣ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਅਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁੱਖ ਹੜਤਾਲ 'ਤੇ, ਉਹਦੀ ਮਾਂ ਨੂੰ ਜਿੱਦਣ ਗ੍ਰਿਫਤਾਰ ਕੀਤਾ, ਇਹਨੂੰ ਉਦਣ ਰੋਣਾ ਨਹੀਂ ਆਇਆ? ਜਿੱਦਣ ਸ਼ੁਭਕਰਨ ਮਰਿਆ ਵਾ, ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ, ਉਦਣ ਭਗਵੰਤ ਨੂੰ ਮਾਨ ਨੂੰ ਰੋਣਾ ਨਹੀਂ ਆਇਆ? ਇੱਕ ਮਿੰਟ ਲਈ, ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ, ਉਦਣ ਰੋਣਾ ਨਹੀਂ ਆਇਆ? ਜਿੱਦਣ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੈਚ ਹੁੰਦੀਆਂ, ਡਰੱਗ ਵਾਲੇ ਐਲੀਮੈਂਟ ਚਾ ਕੇ ਉਹਨਾਂ ਦੇ ਗਲਾਂ 'ਚੋਂ ਖੋਹ ਲੈਂਦੇ ਨੇ, ਵਾਲੀਆਂ ਕੰਨ ਪਾੜ ਦਿੰਦੇ ਨੇ, ਉਹਨੂੰ ਰੋਣਾ ਨਹੀਂ ਆਇਆ? ਇਸ ਨੂੰ ਸਰਬਜੀਤ ਕੌਰ ਮਾਣੂਕੇ ਨੇ ਇੱਕ ਜਗਰਾਉਂ ਦੀ NRA ਦੀ ਕੋਠੀ 'ਤੇ ਕਬਜ਼ਾ ਕਰਤਾ, ਰੋਣਾ ਨਹੀਂ ਆਇਆ? ਕਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ, ਉਦਣ ਰੋਣਾ ਨਹੀਂ ਆਇਆ ਇਸ ਨੂੰ? ਦੇਅਰਫੋਰ ਆਹ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ। ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸ਼ਰਾਬ ਘੁਟਾਲੇ ਵਿੱਚ ਇੰਡਾਈਟਡ ਹੈ, ਹੀ ਹੈਜ਼ ਬੀਨ ਅਰੈਸਟਡ। ਉਸ ਨੂੰ ਹਾਈਕੋਰਟ ਨੇ ਜਦੋਂ ਬੇਲ ਆਪਣੇ ਚੈਲੇਂਜ ਕੀਤਾ, ਹਾਈਕੋਰਟ ਨੇ ਕਿਹਾ ਕਿ ਸਾਡੇ ED ਕੋਲ ਪੁਖਤਾ ਸਬੂਤ ਨੇ ਦੈਟ ਹੀ ਕੈਨੋਟ ਬੀ ਰਿਲੀਜ਼ਡ। ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ,
ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ, ਇਹ ਹੁਣ ਇਮੋਸ਼ਨਲ ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਇੱਕ ਮੈਂ ਗੱਲ ਦੱਸਾਂ ਮੇਰੀ ਗੱਲ ਮੈਂ ਕਦੀ ਇੱਦਾਂ ਭੱਜਿਆ ਨਹੀਂ ਸਵਾਲਾਂ ਤੋਂ, ਪਰ ਹੁਣ ਮੇਰੀ ਅੱਗੇ ਕਮਿਟਮੈਂਟਸ ਹੈਗੀਆਂ, ਤੁਸੀਂ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ, ਮਿਲਦੇ ਰਹਾਂਗੇ ਆਪਾਂ ਸਾਰੇ, ਉਹੀ ਕਮਿਸ਼ਨ ਆ, ਉਹੀ ਬੰਦੇ ਨੇ, ਉਹੀ ਅਫਸਰ ਆ, ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਿੱਦਣ ਦਿੱਲੀ ਸ਼ਰਾਬ ਘੁਟਾਲੇ ਦੀ ਤਰਜ ਤੇ ਪੰਜਾਬ ਦੀ ਸ਼ਰਾਬ ਘੁਟਾਲੇ ਦੀ ਇਨਵੈਸਟੀਗੇਸ਼ਨ ਹੋਵੇਗੀ। CBI ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ IAS ਅਫਸਰਸ ਨੇ, ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਦੇ, ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕਰਤੀਆਂ, ਮੈਨੂੰ ਲੱਗਦਾ ਕਿ ਚੀਮਾ ਸਾਹਿਬ ਦੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਰਹੇ ਨੇ ਪੰਜਾਬ 'ਚ।